ਯਾਰ ਪਾਰਟੀ ਠੀਕ ਹੈ ਮਾੜੀ ਹੋਊਗੀ ਕੋਈ, ਪਰ ਤੁਸੀਂ ਚੰਗੇ ਬੰਦੇ ਪਿੱਛੇ ਜਾਓ। ਅਸੀਂ ਪਾਰਟੀ ਨਾਲ ਥੋੜ੍ਹੀ ਵਰਤਣਾ, ਅਸੀਂ ਤਾਂ ਇਨਸਾਨ ਨਾਲ ਵਰਤਣਾ। ਪਾਰਟੀ ਤਾਂ ਹੁਣ ਆਮ ਆਦਮੀ ਲੋਕਾਂ ਨੇ ਬਦਲਾਅ ਲਿਆਂਦੀ। ਸੋ ਜੇ ਐਸੇ ਬੰਦੇ ਹੀ ਚੁਣਨੇ ਸੀ ਫਿਰ ਤਾਂ ਫਿਰ ਉਹੀ ਗੱਲ ਹੈ ਨਾ, ਵੀ ਮੈਂ ਬੜੀ ਬੇਨਤੀ ਕੀਤੀ ਡਿਊਰਿੰਗ ਇਲੈਕਸ਼ਨ ਵੀ ਭਾਈ ਲੋਕੋ ਝੰਡੀਆਂ ਡੰਡਿਆਂ ਪਿੱਛੇ ਨਾ ਜਾਓ, ਤੁਸੀਂ ਬੰਦਿਆਂ ਪਿੱਛੇ ਜਾਓ। ਚੰਗਾ ਇਨਸਾਨ ਇਨਸਾਨ ਦੀ ਕਦਰ ਕਰ ਸਕਦਾ, ਅਤੇ ਅਸੀਂ ਬੰਦਾ ਪੋਸਟਰਾਂ ਵਰਗਾ ਚੁਣ ਲਿਆ ਅਤੇ ਬੰਦਾ ਵੀ ਨਹੀਂ ਖੜਿਆ। 2 ਮਹੀਨੇ ਹੋ ਗਏ, 2 ਮਹੀਨਿਆਂ ਦੇ ਵਿੱਚ ਪਰਦਾ ਫਾਸ਼ ਹੋ ਗਿਆ। ਮੈਨੂੰ ਤਾਂ ਅਸੀਂ 6 ਮਹੀਨੇ ਲੈਣਗੇ, ਚਲੋ ਵੀ ਅੱਜ ਗਲਤੀ ਆਊ ਕੱਲ੍ਹ ਨੂੰ ਸਾਹਮਣੇ ਆਊ, ਪਰ ਇਹ ਤਾਂ ਇੰਨੀ ਛੇਤੀ ਯਾਨੀ ਕਿ ਆਪਣੇ ਪੈਰਾਂ ਤੋਂ ਹਿੱਲ ਗਏ ਲੋਕਾਂ ਨਾਲ। ਸੋ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਕਿਰਦਾਰਾਂ ਨੂੰ ਚੁਣੋ। ਪਾਰਟੀਆਂ ਤਾਂ ਅਸੀਂ ਹਰੇਕ ਵਾਰੀ ਚੁਣਦੇ ਹਾਂ, ਹਰੇਕ ਬੰਦਾ ਕਹਿੰਦਾ ਜੀ ਫਲਾਨੀ ਪਾਰਟੀ। ਭਗਤ ਬਣਨਾ ਕੋਈ ਚੰਗੀ ਗੱਲ ਨਹੀਂ, ਵਿਸ਼ਵਾਸ ਕਰਨਾ ਯਾਨੀ ਕਿ ਵਿਸ਼ਵਾਸ ਅਸੀਂ ਕਰ ਸਕਦੇ ਹਾਂ ਸਿਰਫ ਚੰਗੇ ਬੰਦਿਆਂ। ਆ ਗਏ ਹੋ ਜਿਹਨੇ ਵੀ ਇੱਥੇ ਕੋਈ ਬੰਦਾ ਟਿਕਿਆ ਨਹੀਂ। ਸੋ ਵੀ ਸਾਨੂੰ ਦੁੱਖ ਹੁੰਦਾ, ਪਰ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਦੀ ਸ਼ਲਾਘਾ ਵੀ ਕਰਦੇ ਹਾਂ, ਚਲੋ ਭਾਈ ਕਿਸ ਨੇ ਕੋਈ ਪਹਿਲ ਤਾਂ ਕਰੀ, ਠੀਕ ਹੈ ਨਾ। ਪਰ ਮੈਂ ਇਹ ਵੀ ਗੱਲ ਕਹਿਣਾ ਵੀ ਇਹ ਪਹਿਲ ਅੱਜ ਅਸੀਂ ਕਰੀ, ਅਸੀਂ ਤੁਹਾਡੀ ਸ਼ਲਾਘਾ ਕਰਦੇ ਹਾਂ, ਪਰ ਇਸ ਚੀਜ਼ ਨੂੰ